ਅੰਮ੍ਰਿਤਸਰ ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਚ ਆਮ ਆਦਮੀ ਪਾਰਟੀ ਨੇ ਬਸਪਾ ਤੇ ਸੀਪੀਆਈ ਨਾਲ ਗਠਜੋੜ ਕਰ ਲਿਆ ਹੈ। ਬਸਪਾ ਤੇ ਸੀਪੀਆਈ ਨੇ 8 ਸੀਟਾਂ ਨੂੰ ਛੱਡ ਕੇ ਅੰਮ੍ਰਿਤਸਰ ਦੀਆਂ ਬਾਕੀ ਸਾਰੀਆਂ ਸੀਟਾਂ ਤੇ ਆਪ ਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਪਾਰਟੀ ਦੇ ਲੋਕਲ ਲੀਡਰਾਂ ਵੱਲੋਂ ਚੁੱਕੇ ਇਸ ਕਦਮ ਤੇ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਅਰੋੜਾ ਨੇ ਮੋਹਰ ਲਗਾ ਦਿੱਤੀ ਹੈ। ਆਮ ਆਦਮੀ ਪਾਰਟੀ ਖੁਦ ਮੁਖਤਾਰੀ ਦੀ ਜਿਹੜੀ ਗੱਲ ਆ ਬ੍ਰੌਡਲੀ ਅਸੀਂ ਕਰਦੇ ਰਹੇ ਹਾਂ, ਬਾਕੀ ਜਿਹੜਾ ਮੈਨੀਫੈਸਟੋ ਹੈ, ਕਿਉਂਕਿ ਜਲੰਧਰ ਦੇ ਮਸਲੇ ਅੱਡ ਨੇ, ਅੰਮ੍ਰਿਤਸਰ ਦੇ ਅਲੱਗ ਨੇ, ਪਟਿਆਲਾ ਦੇ ਅਲੱਗ ਨੇ, ਲੁਧਿਆਣਾ ਦੇ ਅਲੱਗ ਨੇ, ਛੋਟੇ ਸ਼ਹਿਰਾਂ ਦੇ ਅਲੱਗ ਨੇ, ਹਰੇਕ ਸਿਟੀ ਟੂ ਸਿਟੀ, ਕਾਰਪੋਰੇਸ਼ਨ ਟੂ ਕਾਰਪੋਰੇਸ਼ਨ ਜਿਹੜੇ ਮਸਲੇ ਨੇ, ਮੁੱਦੇ ਨੇ, ਲੋਕਾਂ ਨੂੰ ਦਿੱਕਤਾਂ ਨੇ, ਮੁਸ਼ਕਲਾਂ ਨੇ, ਉਹ ਅਲੱਗ ਅਲੱਗ ਨੇ। ਇਸ ਕਰਕੇ ਅਸੀਂ ਜਿਹੜੇ ਲੋਕਲ ਸਾਡੇ ਯੂਨਿਟ ਹੈ, ਅਸੀਂ ਉਹਨਾਂ ਨੂੰ ਆਥੋਰਾਈਜ਼ ਕਰ ਦਿੱਤਾ ਸੀਗਾ। ਸੋ ਇਹਦੇ ਲਈ, ਕਿਉਂਕਿ ਜਦੋਂ ਡੀਸੈਂਟਰਲਾਈਜੇਸ਼ਨ ਦੀ ਗੱਲ ਕਰਦੇ ਹਾਂ, ਤਾਂ ਮੈਂ ਚਾਹੂੰਗਾ ਕਿ ਸਾਡੇ ਜਿਹੜੇ ਆਪਣਾ ਪ੍ਰਧਾਨ ਨੇ ਸੁਰੇਸ਼ ਸ਼ਰਮਾ ਜੀ ਔਰ ਡਾਕਟਰ ਨਿਜਰ, ਇਹਨਾਂ ਸਾਰੀ ਟੀਮ ਨੇ ਰਲ ਕੇ ਬਣਾਇਆ। ਸੁਰੇਸ਼ ਸ਼ਰਮਾ ਜੀ ਤੁਹਾਨੂੰ ਮੋਟੇ ਮੋਟੇ ਉਹਦੇ ਪੁਆਇੰਟਸ ਕੀ ਨੇ ਇਹ ਐਕਸਪਲੇਨ ਕਰ ਦੇਣ। ਪਰ ਡੈਫੀਨੇਟਲੀ ਯੈਸ, ਆਮ ਆਦਮੀ ਪਾਰਟੀ ਐਜ਼ ਅ ਹੋਲ, ਵੀ ਆਰ 100% ਇਨ ਫੇਵਰ ਆਫ ਡੀਸੈਂਟਰਲਾਈਜੇਸ਼ਨ ਆਫ ਪਾਵਰ ਐਂਡ ਸੈਲਫ ਗਵਰਨੈਂਸ ਐਜ਼ ਫਾਰ ਐਜ਼ ਕਾਰਪੋਰੇਸ਼ਨਸ ਆਰ ਕਨਸਰਨਡ। ਅਸੀਂ ਬੈਠੇ ਹੀ ਬਾਅਦ ਦੇ ਵਿੱਚ ਆ ਵੀ ਜਦੋਂ ਮਤਲਬ ਸੀਟਾਂ ਅਲਾਟ ਹੋ ਚੁੱਕੀਆਂ ਤੇ ਵਾਪਸੀਆਂ ਦੇ ਚਾਂਸ ਕੋਈ ਨਹੀਂ ਰਹੇ। ਉਹ ਅਸੀਂ ਫੈਸਲਾ ਕੀਤਾ ਵੀ ਉੱਥੇ ਦੋਸਤਾਨਾ ਮੁਕਾਬਲਾ ਹੋਏਗਾ ਤੇ ਨਾਲ ਕੋਈ ਅਸੀਂ ਕੋਈ ਖਰਵੀ ਗੱਲ ਨਹੀਂ ਕਰਾਂਗੇ, ਕੋਈ ਫਾਲਤੂ ਗੱਲ ਨਹੀਂ ਕਰਾਂਗੇ, ਜੈਨੂਅਨ ਗੱਲ ਕਰਾਂਗੇ। ਹਰ ਜਿਹੜੇ ਚੁਣਾਵ ਦੇ ਸਮਝੌਤੇ ਹੁੰਦੇ ਆ, ਇਹਨਾਂ ਨੂੰ ਪੱਕੇ ਸਮਝੌਤੇ ਕਦੀ ਕਹਿਣਾ ਹੀ ਨਹੀਂ ਚਾਹੀਦਾ, ਕਿਉਂਕਿ ਪੱਕੇ ਸਮਝੌਤੇ ਪਾਰਟੀਆਂ ਅੱਡ ਅੱਡ ਨੇ, ਹਰ ਪਾਰਟੀ ਦੀ ਆਪਣੀ ਆਪਣੀ ਇੱਕ ਆਈਡੀਓਲੋਜੀ, ਆਪਣੀ ਵਿਚਾਰਧਾਰਾ। ਅੰਮ੍ਰਿਤਸਰ ਤੋਂ ਮੁਕੇਸ਼ ਬਾਵਾ, ਖਬਰ ਹਰਪਲ ਇੰਡੀਆ ਲਈ।